ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਜੀਤੀ ਪ੍ਰੀਤ ਹੋਪ ਸੋ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਮੈਂ ਵੀ ਵੈਸੇ ਬਹੁਤ ਵਧੀਆ ਅਤੇ ਐਕਚੁਲੀ ਅੱਜ ਬਵਨ ਗਏ ਹੋਏ ਨੇ ਫਿਰ ਦੁਬਾਰਾ ਤੋਂ ਕਿਤੇ ਕੰਮ ਅਤੇ ਪਾਪਾ ਨਾਲ ਗਏ ਹੋਏ ਨੇ ਪਿੰਡ ਕੋਈ ਕੰਮ ਗਏ ਹੋਏ ਨੇ ਅਤੇ ਬਾਕੀ ਮੈਂ ਔਰ ਮੰਮੀ ਘਰ ਇਕੱਲੀਆਂ ਅੱਜ ਅਤੇ ਅੱਜ ਅਸੀਂ ਤੁਹਾਡੇ ਨਾਲ ਕੁਛ ਸੱਸ ਨੂੰਹ ਵਾਲੀ ਟੋਕ ਕਰਾਂਗੇ ਮਤਲਬ ਕਿ ਮੈਂ ਕੁਛ ਸੋਚਿਆ ਅੱਜ ਅਤੇ ਆਪਾਂ ਉਸ ਬਾਰੇ ਅੱਜ ਕਰਾਂਗੇ ਗੱਲਾਂ ਬਾਤਾਂ ਜਦ ਤੱਕ ਬਵਨ ਨਹੀਂ ਆਉਂਦੇ ਹੈਗੇ ਅਤੇ ਉਹ ਗੱਲਾਂ ਬਾਤਾਂ ਕੀ ਨੇ ਚਲੋ ਅੱਜ ਆਪਾਂ ਮੰਮੀ ਕੋਲ ਬੈਠ ਕੇ ਹੀ ਕਰਦੇ ਹਾਂ ਲਓ ਜੀ ਗੱਡੀ ਸਟਾਰਟ ਕਰ ਲਈ ਆ ਆਪਾਂ ਜਾਣ ਸਭ ਤੋਂ ਪਹਿਲਾਂ ਗੁੱਡ ਮਾਰਨਿੰਗ ਪ੍ਰੀਤ ਨੇ ਵਲੋਗ ਸਟਾਰਟ ਕੀਤਾ ਹੋਣਾ ਨਹੀਂ ਕੀਤਾ ਹੋਣਾ ਮੈਨੂੰ ਪਤਾ ਨਹੀਂ ਅਤੇ ਮੈਂ ਜਾਣ ਲੱਗਿਆ ਮੈਂ ਅਤੇ ਪਾਪਾ ਜਾਣ ਲੱਗਿਆ ਪਿੰਡ ਸਾਨੂੰ ਥੋੜ੍ਹਾ ਜਿਹਾ ਕੰਮ ਹੈ ਅਤੇ ਚਾਚਾ ਚਾਚੀ ਵੱਲ ਵੀ ਜਾ ਕੇ ਆਉਣਾ ਅਤੇ ਤੁਹਾਨੂੰ ਵਲੋਗ 'ਚ ਦਿਖਾਈ ਦੇਵਾਂਗੇ ਆਪਾਂ ਨੂੰ ਕੀ ਕੰਮ ਹੈ ਔਰ ਕੀ ਕਰਨ ਗਏ ਹਾਂ ਆਪਾਂ ਠੀਕ ਆ ਅਤੇ ਕੱਲ੍ਹ ਦਾ ਵਲੋਗ ਤੁਹਾਨੂੰ ਬਹੁਤ ਪਸੰਦ ਆਇਆ ਮੇਰੇ ਐਡੀਟਿੰਗ ਪਸੰਦ ਆਈ ਉਹਦੇ ਲਈ ਥੈਂਕ ਯੂ ਕਾਫੀ ਮਿੰਟ ਲੱਗਦੇ ਐਡੀਟਿੰਗ 'ਚ ਉਹ ਵਾਲੀ 'ਚ ਪਰ ਜਿਵੇਂ ਜਦੋਂ ਤੱਕ ਮੈਨੂੰ ਠੀਕ ਆ ਮੈਂ ਸਿੰਪਲ ਵਲੋਗ ਪਾ ਦਿੰਦਾ ਹੁੰਦਾ ਕਈ ਵਾਰੀ ਪਰ ਜਦ ਤੱਕ ਮੈਂ ਉਹ ਐਡੀਟਿੰਗ ਨਾ ਕਰਾਂ ਨਾ ਜੋ ਮੈਂ ਕਰ ਸਕਦਾ ਜਿੰਨੀ ਤੱਕ ਮੈਂ ਕਰ ਸਕਦਾ ਮੈਨੂੰ ਸੰਤੁਸ਼ਟੀ ਨਹੀਂ ਮਿਲਦੀ ਆਪ ਵਲੋਗ ਦੇਖ ਕਿਉਂਕਿ ਆਪਦਾ ਵਲੋਗ ਪੈਣ ਸਾਰ ਮੈਂ ਸਭ ਤੋਂ ਪਹਿਲਾਂ ਮੈਂ ਹੀ ਦੇਖਦਾ ਮੈਨੂੰ ਲੱਗਦਾ ਸਿਰਫ ਦੇਖਣ ਵਾਸਤੇ ਵੀ ਪਿਛਲੇ ਵਲੋਗ ਨਾਲ ਥੋੜ੍ਹੀ ਡਾਊਨਗ੍ਰੇਡ ਗਿਆ ਜਾਂ ਫਿਰ ਇੰਪਰੂਵਮੈਂਟ ਆਈ ਹੈ ਉਹਦੇ ਕਰਕੇ ਅਤੇ ਚਲੋ ਆਹ ਬਾਬਾ ਜੀ ਦੀ ਫੋਟੋ ਆਪਾਂ ਲਾ ਲਈਏ ਲੈ ਕੇ ਆਏ ਸੀ ਆਪਾਂ ਫਤਿਹਗੜ੍ਹ ਸਾਹਿਬ ਤੋਂ ਇਹ ਅਤੇ ਬਸ ਉਸ ਤੋਂ ਇਲਾਵਾ ਮੈਂ ਡੈਸ਼ਬੋਰਡ 'ਤੇ ਕੁਛ ਨਹੀਂ ਲਾਇਆ ਕਿਉਂਕਿ ਫਿਰ ਉਹੀ ਸਾਫ਼ ਕਰਨਾ ਔਖਾ ਹੋ ਜਾਂਦਾ ਅਤੇ ਪਿੱਛੇ ਮਿੱਟੀ ਫਸ ਜਾਂਦੀ ਐਵੇਂ ਐਵੇਂ ਅਤੇ ਬਸ ਚਲੋ ਚੱਲਦੇ ਹਾਂ ਆਪਾਂ ਪਾਪਾ ਆ ਰਹੇ ਨੇ ਅਤੇ ਤਿਆਰ ਹੋ ਰਹੇ ਨੇ ਆਪਾਂ ਮੈਂ ਗੱਡੀ ਬਾਹਰ ਕੱਢ ਲਾਂ ਇਹਨੇ ਫਿਰ ਮਿਲਦੇ ਹਾਂ ਆਪਣਾ ਕੰਮ ਹੋ ਗਿਆ ਜੀ ਪਿੰਡ ਪਹੁੰਚ ਗਏ ਸੀਗੇ ਅਤੇ ਮਤਲਬ ਪਿੰਡ ਨੇ ਪਿੰਡ ਦੇ ਕੋਲੇ ਕੰਮ ਸੀਗਾ ਅਤੇ ਹੁਣ ਚੱਲੇ ਹਾਂ ਪਿੰਡ ਨੂੰ ਅਤੇ ਆਉਂਦੇ ਹੋਏ ਨਾ ਉਹਨੇ ਵੀ ਇੱਕ ਵਿਊ ਦਿਖਾਊਂਗਾ ਬਹੁਤ ਸੋਹਣਾ ਵਿਊ ਲੱਗਿਆ ਵੈਸੇ ਤਾਂ ਅਸੀਂ ਆਹ ਵਿਊ ਦੇਖ ਸਕਦੇ ਹਾਂ ਇਹ ਵੀ ਸੋਹਣਾ ਆ ਗ੍ਰੀਨਰੀ ਹੋਈ ਗਈ ਫਿਲਹਾਲ ਤਾਂ ਅਤੇ ਇੱਕ ਹੋਰ ਦਿਖਾਊਂਗਾ ਤੁਹਾਨੂੰ ਮਤਲਬ ਪਾਣੀ ਬਿਲਕੁਲ ਖੜਾ ਪਾਣੀ ਹੈ ਪਰ ਬਿਲਕੁਲ ਨੀਲਾ ਨੀਲਾ ਪਾਣੀ ਆ ਇਹ ਹੁਣ ਆਊਗਾ ਦੇਖਿਓ ਵਿਊ ਅਤੇ ਦਿਖਾਊਂਗਾ ਕਿਸੇ ਲੇਕ ਤੋਂ ਘੱਟ ਹੈ ਜਿਹੜੇ ਆਪਾਂ ਹਿਮਾਚਲ ਲੇਕ ਦੇਖੀ ਸੀ ਉਸ ਤੋਂ ਘੱਟ ਤਾਂ ਹੈ ਨਹੀਂ ਕਿਉਂ ਆਪਾਂ ਹਣਾ ਦੀ ਬਹੁਤ ਵਧੀਆ ਕਿੰਨਾ ਸਾਫ ਪਾਣੀ ਆ ਬਹੁਤ ਵਧੀਆ ਇਹ ਹੈਗਾ ਹਾਂ ਇਹ ਹੈਗਾ ਪਿੰਡ ਸੁਲਤਾਨਪੁਰ ਰਾਜਗੜ੍ਹ ਤੋਂ ਅੱਗੇ ਹੈ ਰਾਜਗੜ੍ਹ ਤੋਂ ਅੱਗੇ ਆਉਂਦਾ ਹੈ ਬਾਬਾ ਢਿੱਡਰੇ ਦਾ ਗੁਰਦੁਆਰਾ ਉਸ ਤੋਂ ਅੱਗੇ ਹੈਗਾ ਸੁਲਤਾਨਪੁਰ ਚਲੋ ਹੁਣ ਚੱਲਦੇ ਹਾਂ ਰਾਜਗੜ੍ਹ ਨੂੰ ਹਾਂਜੀ ਤੇ ਚਲੋ ਹੁਣ ਆਪਾਂ ਅੱਜ ਟਾਕ ਕਰਦੇ ਹਾਂ ਕਿਸ ਚੀਜ਼ ਬਾਰੇ ਕਿਸ ਚੀਜ਼ ਬਾਰੇ ਮੰਮੀ ਸੱਸ ਨੂੰਹ ਬਾਰੇ ਅੱਜ ਆਪਾਂ ਟਾਕ ਕਰਦੇ ਹਾਂ ਸੱਸ ਨੂੰਹ ਬਾਰੇ ਅਤੇ ਤੁਸੀਂ ਸਾਰੇ ਦੇਖਦੇ ਹੋਵੋਗੇ ਕਿ ਪ੍ਰੀਤ ਔਰ ਮੰਮੀ ਕਾਫੀ ਮਤਲਬ ਉਹ ਰਹਿੰਦੇ ਨੇ ਪਿਆਰ ਨਾਲ ਅਤੇ ਕੁਛ ਚੀਜ਼ਾਂ 'ਚ ਪ੍ਰੀਤ ਨੇ ਮੰਮੀ ਨੂੰ ਬਹੁਤ ਉਹ ਰੱਖਿਆ ਹੋਇਆ ਹੈ ਨਾ ਅਤੇ ਕੁਛ ਚੀਜ਼ਾਂ 'ਚ ਮੰਮੀ ਨੇ ਪ੍ਰੀਤ ਨੂੰ ਬਹੁਤ ਰੱਖਿਆ ਹੋਇਆ ਕੀ ਰੱਖਿਆ ਹੋਇਆ ਉਹ ਮੈਂ ਤੁਹਾਨੂੰ ਦੱਸਦੀ ਹਾਂ ਅਤੇ ਜਿਵੇਂ ਮੈਂ ਤੁਹਾਨੂੰ ਮਤਲਬ ਜਿੱਦਣ ਦੀ ਮੈਂ ਵਿਆਹ ਕੇ ਆਈ ਹਾਂ ਇੱਕ ਦਿਨ ਵੀ ਮਤਲਬ ਮੈਨੂੰ ਇੱਦਾਂ ਨਹੀਂ ਫੀਲ ਹੋਇਆ ਕਿ ਮੈਂ ਇਸ ਘਰ ਦੀ ਨੂੰਹ ਹਾਂ ਹੈ ਨਾ ਮੈਨੂੰ ਐਵੇਂ ਲੱਗੇ ਕਿ ਮੈਂ ਇਸ ਘਰ ਦੀ ਕੁੜੀ ਹੀ ਹਾਂ ਮੈਨੂੰ ਆਪ ਨਹੀਂ ਲੱਗਿਆ ਵੀ ਨੂੰਹ ਆਈ ਵੀ ਹੈ ਮੈਨੂੰ ਆਪ ਐਵੇਂ ਮੇਰੀ ਕੁੜੀ ਹੈ ਇਹ ਮੰਮੀ ਕੀ ਚੱਕਰ ਹੈਗਾ ਦੋਨੇ ਚੀਜ਼ ਮਤਲਬ ਦੋਨੇ ਜਣੀਆਂ ਨੂੰ ਸਹੀ ਹੋਣਾ ਚਾਹੀਦਾ ਹੈ ਜੇ ਸੱਸ ਹੈ ਤਾਂ ਉਹਨੂੰ ਵੀ ਮਤਲਬ ਠੀਕ ਰਹਿਣਾ ਚਾਹੀਦਾ ਜਿਹੜੀ ਨੂੰਹ ਆ ਉਹਨੂੰ ਵੀ ਜੇ ਮਤਲਬ ਇੱਕ ਜਣਾ ਠੀਕ ਹੈ ਇੱਕ ਗਲਤ ਹੈ ਉਹ ਵੀ ਕੰਮ ਨਹੀਂ ਚੱਲਦਾ ਉਹ ਵੀ ਕੰਮ ਖਰਾਬ ਹੈ ਬਿਲਕੁਲ ਨਹੀਂ ਕੰਮ ਚੱਲਦਾ ਦੋਨੇ ਜਣਿਆਂ ਨੂੰ ਮਤਲਬ ਉਹ ਹੋਣਾ ਚਾਹੀਦਾ ਦੋ ਹੱਥਾਂ ਨਾਲ ਦਾੜੀ ਵੱਜਦੀ ਹੈ ਨਾ ਇੱਕ ਨਾ ਕਦੇ ਨਹੀਂ ਵੱਜਦੀ ਬਿਲਕੁਲ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਮੰਮਾ ਠੀਕ ਨੇ ਤਾਂ ਪ੍ਰੀਤ ਠੀਕ ਆ ਅਗਰ ਪ੍ਰੀਤ ਠੀਕ ਹੈ ਤਾਂ ਮੰਮੀ ਠੀਕ ਨੇ ਮਤਲਬ ਦੋਨੇ ਧੀਰੇ ਜਦ ਵਧੀਆ ਹੋਣ ਤਾਂ ਹੀ ਜ਼ਿੰਦਗੀ ਨਿਕਲਦੀ ਆ ਵਧੀਆ ਕਿਉਂਕਿ ਸੱਸ ਨੂੰਹ ਦਾ ਇੱਕ ਰਿਸ਼ਤਾ ਐਸਾ ਹੁੰਦਾ ਚਲੋ ਅੱਜ ਠੀਕ ਆ ਵੈਸੇ ਮੇਰੇ ਹਸਬੈਂਡ ਇੱਦਾਂ ਦੇ ਕਿ ਸਾਡਾ ਕੰਮ ਐਵੇਂ ਕਿ ਅਸੀਂ ਘਰੇ ਰਹਿੰਦੇ ਹਾਂ ਵੀਡੀਓਜ਼ ਬਣਾਉਂਦੇ ਹਾਂ ਹੈ ਨਾ ਬਟ ਕਿਸੇ ਦੇ ਹਸਬੈਂਡ ਇੱਦਾਂ ਦੇ ਹੁੰਦੇ ਨੇ ਕਿ ਉਹ ਸਵੇਰੇ ਜੌਬ 'ਤੇ ਜਾਂਦੇ ਨੇ ਸ਼ਾਮ ਨੂੰ ਆਉਂਦੇ ਨੇ ਹੈ ਨਾ ਅਤੇ ਉਹਨਾਂ ਨੂੰ ਆਪਣੇ ਮਤਲਬ ਇੱਕ ਸੱਸ ਨੂੰਹ ਹੀ ਹੁੰਦੀ ਹੈ ਜਿਨ੍ਹਾਂ ਨੇ ਇਕੱਲਿਆਂ ਨੇ ਰਹਿਣਾ ਹੁੰਦਾ ਅਤੇ ਇਸ ਕਰਕੇ ਇੱਕ ਸੱਸ ਨੂੰਹ ਦਾ ਰਿਸ਼ਤਾ ਇੱਦਾਂ ਦਾ ਹੁੰਦਾ ਕਿ ਜੋ ਮਤਲਬ ਸਾਰਾ ਦਿਨ ਉਹਨਾਂ ਨੇ ਇਕੱਠਿਆਂ ਨੇ ਰਹਿਣਾ ਹੁੰਦਾ ਤਾਂ ਮਤਲਬ ਹਰ ਸੱਸ ਨੂੰ ਹਰ ਨੂੰਹ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਨਾ ਨੂੰਹ ਨੂੰ ਆਪਣੀ ਸੱਸ ਨੂੰ ਸੱਸ ਸਮਝਣਾ ਚਾਹੀਦਾ ਨਾ ਸੱਸ ਨੂੰ ਆਪਣੀ ਨੂੰਹ ਨੂੰ ਨੂੰਹ ਸਮਝਣਾ ਚਾਹੀਦਾ ਦੋਨਾਂ ਨੂੰ ਮਾਵਾਂ ਧੀਆਂ ਵਾਂਗੂ ਰਹਿਣਾ ਚਾਹੀਦਾ ਅਸੀਂ ਤਾਂ ਮਾਵਾਂ ਧੀਆਂ ਵਾਂਗੂ ਰਹਿੰਦੇ ਹਾਂ ਅਸੀਂ ਤਾਂ ਮਤਲਬ ਸਾਰਾ ਦਿਨ ਇੰਨਾ ਅਸੀਂ ਕੰਮ ਵੀ ਕਰਦੇ ਹਾਂ ਅਸੀਂ ਮਤਲਬ ਇੰਨੀ ਹਾਸੀਆਂ ਖੇਡੀਆਂ ਸਾਰਾ ਦਿਨ ਮਤਲਬ ਅਸੀਂ ਟੱਚ ਵੁੱਡ ਅਸੀਂ ਬਹੁਤ ਵਧੀਆ ਬਾਬਾ ਜੀ ਨੇ ਉਹ ਕਰਿਆ ਮੈਨੂੰ ਇੰਨੀ ਵਧੀਆ ਮੈਂ ਚਾਹੁੰਦੀ ਸੀ ਵੀ ਹਸਮੁੱਖ ਮੇਰੀ ਨੂੰਹ ਹਸਮੁੱਖ ਹੋਵੇ ਵੀ ਬਸ ਰਲ ਮਿਲ ਕੇ ਰਹੇ ਮੇਰੇ ਨਾਲ ਜੇ ਹੈ ਮੇਰਾ ਸੁਭਾਅ ਹੁੰਦੀ ਹੈ ਨਾ ਮੈਂ ਹਰੇਕ ਨੂੰ ਹੱਸ ਕੇ ਮਿਲਦੀ ਸੀ ਕਦੇ ਮੱਥੇ 'ਚ ਵੱਟ ਨਹੀਂ ਪਾਇਆ ਅਤੇ ਉਸੇ ਤਰ੍ਹਾਂ ਦੀ ਮੈਨੂੰ ਮੇਰੀ ਨੂੰਹ ਮਿਲੀ ਹੈਗੀ ਉਵੇਂ ਹੱਸ ਕੇ ਹਰੇਕ ਨੂੰ ਹੱਸ ਕੇ ਮਿਲਦੀ ਹੈ
हाँ तो मतलब कि मेरा सुभा मैनू मैं शुरू तो मैं ब्याह तो बहुत डर लगता हूँ क्योंकि मैं ऐ हों सस्सा थोड़िया कब्बे सुभा दुनिया ने बट नहीं सारिया सस्सा एवं दियाँ नहीं होंदिया है तो कुछ नौं हथ च हों कुछ सस्सा के हथ च हों कि आपस आप किमें रहना है ना। तो बाबा जी का शुक्र है कि मैनू तो मेरी मम्मा सोहनी जी मम्मा मिली मैनू तो बिल्कुल मम्मी जिवें मेरी उधर वाली मम्मी ने मैनू रखा होया सी इधर भी मम्मी ने मैनू उवें रखा होया प्यार ना। तो इत्थे तक कि मम्मी मैनू कहंदे ने तू मतलब कम मैं आपे कर लाँगी तू बस जिहड़ा थोड़ा आपदा कम आ तुसी ओह करो है ना। तो इन्नी फ्रीडम आ मतलब किसी चीज़ की कोई रोक टोक नहीं वह क्यों क्यों आ सारा कुछ क्योंकि मैं वधिया ठीक आ अगर मैं वधिया तो मम्मी वधिया अगर मम्मी वधिया तो मैं वधिया है ना। अगर नौवां भी थोड़ा चलदियां ने सस्सा ना तो फिर सस्सा की भी वह हो जाता ता ही वह गुस्से होंदियां ने कुछ कहंदियां ने बट अगर नौवां भी प्यार नाल रहण तां सस्सा आपां नूं कुछ नहीं कहंदियां है ना प्यार नाल रहिंदियां ने वह भी अपने अपनी धीआं धी बना के रखदियां ने सस्सा। तो इस करके सारे जने जिहड़ी मतलब कुड़ियां सुन रही जिन्हां की मैरिज हो गई हुई आ तो तुसीं अपनी सस्सा नाल वधिया रहा करो तो सस्सा नूं चाहिए अपनी नौवां नाल वधिया रहना ठीक है जी है ना मम्मा। तो तुम सोचते होंगे अज प्रीत ने इस चीज़ पर काफ़ी वह देती स्पीच स्पीच नहीं है एक्चुअली मेरे सवेर का मन चाह रहा सीगा एक्चुअली मेरे काफ़ी दिन का मन चाह रहा है कि मैं इस चीज़ पर टॉक करा बट सानू टाइम नहीं मिल रहा क्योंकि मैं और मम्मा दोनों एवें कट्ठे अज तो असं कलियाँ घर तो फिर मैं लगे कि अज इस चीज़ बारे गल की जाए सारे नाल। तो बाकी होर तुम कुछ कहना चाहते हो बस यही मैं तो यही कहनी हाँ भी सारे रल मिल के रहा करो जिंदगी कुछ नहीं लैके जाना अपने नाल है ना सारा कुछ इतनी रह जाता बस रल मिल के रहो बिल्कुल दोनों जनिया मतलब आपस सस नूं दा ज्यादा गूढ़ा हो हुंदा ना घर च रहना हुंदा ना हर टाइम भी रल मिल के रहना चाहिए सारे बिल्कुल ये मेरी तो कहना और सारे जने रल के रहा करो एक जिंदगी मिली है प्यार ना हस खेड के निकल जाए ना वर्गी तो रीस ही नहीं हैगी है ना मम्मी और ते बाकी बाकी होर कुछ कहना चाहते हो मम्मी बाकी हाँ एक गल मैं थोड़े नाल होर करनी आ ओह गल इह है कि कल असीं जा रहे हां मेरे नानके ते मेरे नानी जी हुणी कर रहे ने साडी रोटी एक्चुअली उन्होंने करनी तो पहले ही सी बट असीं भी कुछ इधर मजबूरियां च फसे हुए सीगे थोड़ा जिहा है ना सिस्टम हिलिया होया सी ते इस करके फिर हुण फाइनली सानू टाइम मिलिया कि असीं जाइए नानी घरे है ना अम्मा ते फोन आया सी उन्हां दा हाँ फोन आया सी मम्मा नाल भी गल हुई सीगी ते हुण नानी उन्होंने सानू कीता इनवाइट। तो मैं एक गल होर करनी है कि सारे जने मैं बाबा नूं कही सी ये गल कि तुसी सारे जने कहने हुंदे कि अगर तुसी किसी भी सिटी जाने हो लाइक अगर असीं अमृतसर आने जलंधर आने लुधियाने आने तो तुसी एक बार सानू कन्फर्म कर दिया करो है ना कि तुसी आ रहे हो। तो मैं बाबा नूं कह के मतलब एक नंबर मैनशन करवा दूंगी तो अगर लुधियाने जिहड़े सानू मिलना चाहते ने तो वह मतलब कल नू सानू कॉल कर लियो तुसी सानू दस दियो है ना तो असं तुम दस देंगे कि कितने आना तो सानू आके मिल सकते हो क्योंकि फिर जो असं उतों आ जाने फिर तुम कहने कि तुम आए थे लुधियाने सू दसिया क्यों नहीं फिर सानू भी ए होंगे कि हाँ सानू दसना चाहिए सी। इस करके मैं थोड़ा एक दिन पहला ही दसता कि असं कल लुधियाने आ रहे और जिन्होंने सानू मिलना तो साढ़े ना जरूर कॉन्टैक्ट करो तो इस बारे थोड़ा बवन दसनगे कि कितने कॉन्टैक्ट करना ठीक आ। तो बाकी होर कोई गलबात मम्मी लव जू सारा सारे यार मिल के रहा करें सारे यार नू लव यू इन्ना सारा मॉम साइड की सारे यार नू लव यू ते मम्मी लव यू टू। ते बाकी असी तो अज तैयारियां करन लगे हुए हैं थोड़ा मम्मी भी तैयारियां कर रहे ने अज ते प्रीत भी अज थोड़ी कुछ तैयारियां कर रही है थोड़ा जा बिजी भी डे निकलेगा अज बिकॉज कल जाना ते कल असी टाइम नाल ही इत्थों निकलांगे क्योंकि थोनू पता लुधियाने है भी दूर वैसे असी हर जगह घंटे रस्ता मतलब नहीं गड्डी च डेढ़ घंटा लग जांदा डेढ़ घंटे एक घंटे अगर ट्रैफिक ना हो फिर तो एक घंटे च पहुंच जाता बंदा अगर ट्रैफिक हैगी है तो फिर डेढ़ घंटा लग जाता है ना लुधियाने वैसे बहुत ट्रैफिक बहुत ज़्यादा ट्रैफिक आ लुधियाने। तो इस करके हुण हर जगह असी लेट पहुँचते हैं तो हुण कल असी जल्दी पहुँचने की कोशिश करांगे है ना मॉम। तो चलो हूँ आप थोड़े तो आप जल्दी हो हर बार हाँ पहुँचते बस जो विआह होया अपना बरात भी कहते बरात लेट हुई बस बरात लेट हुई हूँ उस तो बाद सारी कितने लेट लेट हुई जाता क्योंकि हूँ असं कि रोटी तो जाना होंगे उत्थे लेट पहुँचते हैं असी तो थानू पता घर चो एकदम निकलना कड़ा हो निकलते निकलते टाइम हो जाता। तो चलो हूँ आप जो बवन आते हैं उदो मैं थोड़ा उन्होंने मिला बस वो आने ली हूँ
ਤੇ ਬਾਕੀ ਜੇ ਮੈਨੂੰ ਕੋਈ ਹੋਰ ਗੱਲ ਯਾਦ ਆ ਜੂਗੀ ਫਿਰ ਮੈਂ ਕੈਮਰਾ ਆਨ ਕਰਕੇ ਬਹਿ ਜਾਣਾ, ਮੈਂ ਤਾਂ ਵਿਹਲੀ ਆ। ਚਲ ਆਓ ਫਿਰ ਆਪਾਂ ਥੋੜੀ ਦੇਰ ਬਾਅਦ ਮਿਲਦੇ ਆ। ਹਾਂ ਸੱਚ, ਮੈਂ ਤੁਹਾਨੂੰ ਮੈਨੂੰ ਲੱਗਦਾ ਵਲੌਗ ਜੀ ਮੈਂ ਆਪਦਾ ਸਕੂਲ ਨਹੀਂ ਦਿਖਾਇਆ ਕਦੇ। ਸਕੂਲ ਮੈਂ ਪਲੇਵੇ ਚ ਪੜਿਆ 5ਵੀਂ ਤੋਂ ਬਾਅਦ, ਪਰ 5ਵੀਂ ਤੋਂ ਪਹਿਲਾਂ 4ਥੀ ਤੱਕ, ਮਤਲਬ 5ਵੀਂ ਤੋਂ ਪਹਿਲਾਂ 4ਥੀ ਤੱਕ ਹਾਂ ਉਹ ਪੜਿਆ ਮੈਂ ਚਿੰਤ ਪਬਲਿਕ ਸਕੂਲ ਚ, ਸੰਗਰੂਰ ਰੋਡ ਤੇ ਹੈ। ਇਹ ਤੁਹਾਨੂੰ ਦਿਖਾਉਂਗਾ ਆਈਸੀ ਰੋਡ ਤੇ, ਜਿੱਥੇ ਮੈਂ ਰਾਜਗੜ੍ਹ ਤੋਂ ਥੋੜਾ ਜਿਹਾ ਪਹਿਲਾਂ ਹੀ ਦਿਖਾਉਂਗਾ। ਸ਼ਾਇਦ ਪਹਿਲਾਂ ਆਊਗਾ ਇੱਕ ਪੈਲਸ, ਉਸ ਤੋਂ ਬਾਅਦ ਆਊਗਾ ਸਕੂਲ, ਦਿਖਾਉਂਗਾ ਸਕੂਲ ਵੀ। ਆਹ ਆ ਗਿਆ ਇੱਕ ਪੈਲਸ, ਆਹ ਤੇ ਇਸ ਤੋਂ ਅੱਗੇ ਹੈਗਾ ਸਕੂਲ। ਜਦੋਂ ਮੈਂ ਪੜ੍ਹਦਾ ਸੀ ਉਦੋਂ ਪੂਰਾ ਬਣਿਆ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਨੇ ਤੋੜਿਆ, ਫਿਰ ਬਣਾ ਰਹੇ ਨੇ ਹੁਣ, ਕਾਫੀ ਟਾਈਮ ਹੋ ਗਿਆ ਬਣਦੇ ਨੂੰ ਹੁਣ ਤਾਂ, ਪਰ ਬਣਿਆ ਨਹੀਂ ਹਾਲੇ ਫਿਲਹਾਲ। ਆ ਰਿਹਾ ਚਿੰਤ ਪਬਲਿਕ ਸਕੂਲ, ਜਦੋਂ ਮੈਂ ਪੜ੍ਹਦਾ ਸੀ ਉਦੋਂ ਵੀ ਪਬਲਿਕ ਸੀਗਾ ਇਹ, ਉਸ ਤੋਂ ਬਾਅਦ ਇਹਨਾਂ ਨੇ ਕੀਤਾ ਅਚਿੰਤ। ਜਦੋਂ ਮੈਂ ਪੜ੍ਹਦਾ ਸੀ ਉਦੋਂ ਸੀਗਾ ਚਿੰਤ ਪਬਲਿਕ ਸਕੂਲ, ਤੇ ਮੈਂ ਹਟ ਗਿਆ ਪਲੇਵੇ ਚਲਾ ਗਿਆ ਪਟਿਆਲੇ, ਤੇ ਉਸ ਤੋਂ ਬਾਅਦ ਇਹਨਾਂ ਨੇ ਕਰਤਾ ਸੀਨੀਅਰ ਸੈਕੰਡਰੀ, ਮਤਲਬ 12ਵੀਂ ਤੱਕ ਕਰਤਾ, ਹੁਣ ਫਿਰ ਪਬਲਿਕ ਕਰਤਾ, ਪਤਾ ਨਹੀਂ ਕੀ ਚੱਲ ਰਿਹਾ ਉਹਨਾਂ ਦਾ। ਪਰ ਜਿਸ ਟਾਈਮ ਮੈਂ ਪੜ੍ਹਦਾ ਸੀ ਉਦੋਂ ਬਹੁਤ ਵਧੀਆ ਸੀ ਸਕੂਲ ਇਹ। ਆ ਗਿਆ ਰਾਜਗੜ੍ਹ, ਪਾਰ ਕਰਤੀ ਆਪਾਂ ਗੱਡੀ, ਤੇ ਮੈਂ ਤੁਹਾਨੂੰ ਦਿਖਾਉਣਾ ਆ ਰਿਹਾ ਚਾਚਾ ਚਾਚੀ ਦਾ ਘਰ, ਮਿਸਤਰੀ ਲੱਗੇ ਹੋਏ ਨੇ। ਕੈਸੇ ਹੋ ਭਾਈ? ਦੇਖਿਆ ਹੋਇਆ ਵੈਸੇ ਘਰ ਤਾਂ ਤੁਸੀਂ ਸਾਰਾ। ਚਲੋ ਆਪਾਂ ਚੱਲਦੇ ਹਾਂ ਅੰਦਰ ਬੱਲੇ। ਮੈਂ ਚਾਚੀ ਨੂੰ ਪ੍ਰੀਤ ਦਾ ਪਹਿਲਾ ਸੁਨਾਰਾ ਆਇਆ ਸੀ ਕਿ ਤਾਂ ਮੈਂ ਫੜਾਉਣ ਆਇਆ ਸੀ, ਅਤੇ ਚਾਚੀ ਆਪਣਾ ਸੁਨਾਰਾ ਖਵਾ ਰਹੇ ਨੇ। ਇਹ ਚਾਚੀ ਵੱਲ, ਮਤਲਬ ਉੱਧਰੋਂ ਆਇਆ ਹੋਇਆ ਚਾਚੀ ਦੇ ਪੇਕਿਆਂ ਵੱਲੋਂ ਇਹ ਸੁਨਾਰਾ। ਬਾਏ ਚਾਚੀ। ਚਲੋ ਜੀ, ਅਤੇ ਟਾਈਮ ਹੋ ਰਿਹਾ 1:30 ਵਜੇ ਦਾ, ਮਤਲਬ 1:30 ਨਹੀਂ 1:15 ਹੋ ਗਿਆ ਨਾ ਆਪਾਂ, ਆਪਾਂ ਆਏ ਸੀ ਉਰੇ 1:15 ਅਤੇ 1:15 ਹੋ ਗਿਆ ਘੰਟਾ ਬੈਠ ਕੇ। ਫਿਰ ਆਪਾਂ ਹੁਣ ਚੱਲਦੇ ਹਾਂ ਡਾਇਰੈਕਟ ਪਟਿਆਲੇ ਨੂੰ, ਅਤੇ ਆਹ ਤੁਸੀਂ ਪਿੰਡ ਦੇਖ ਸਕਦੇ ਹੋ, ਸ਼ਹਿਰਾਂ ਵਰਗਾ ਪਿੰਡ ਹੈ ਇਹ। ਹਾਂਜੀ, ਤੇ ਬਵਨ ਤੇ ਪਾਪਾ ਆ ਚੁੱਕੇ ਨੇ, ਮੈਂ ਤੁਹਾਨੂੰ ਬੁਲਾਉਣੀ ਆ। ਪਾਪਾ ਹਾਏ। ਪਾਪਾ ਕੀ ਪਰੀ ਨੇ ਪਾਪਾ ਕੋ ਇਤਨਾ ਮਿਸ ਕੀਆ? ਨਹੀਂ ਮਿਸ ਕੀਤਾ, ਨਹੀਂ ਮਿਸ ਕੀਤਾ। ਬਵਨ ਕਿੱਥੇ ਨੇ? ਹੈਲੋ, ਹਾਈ। ਹੈਲੋ, ਕਿਵੇਂ ਹੋ? ਵਧੀਆ, ਠੀਕ ਠਾਕ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦਿਓ। ਮੈਂ ਕਰਤੀ ਸੀ ਆਪਣੇ ਵਲੌਗ 'ਚ। ਅੱਛਾ, ਤੁਸੀਂ ਆਪਣਾ ਬਣਾ ਲਿਆ ਅੱਡ? ਵਾਹ, ਨਾਈਸ। ਯੈਸ, ਰਿਸਪੋਨਸੀਬਲ ਹੋ ਗਏ ਦੋਨੋਂ ਦੇ ਦੋਨੋਂ। ਮੈਂ ਸੋਚ ਰਿਹਾ ਯਾਰ ਵੀ ਮੈਂ ਐਪਲ ਵਾਚ ਲਿਆਵਾਂ। ਅੱਛਾ, ਮੈਨੂੰ ਨਾ ਵਾਚ ਦੀ ਲੋੜ ਹੈ, ਵਾਚਾਂ ਬਹੁਤ ਨੇ ਮੇਰੇ ਕੋਲ, 15-20 ਪਈਆਂ ਨੇ, ਪਰ ਐਪਲ ਵਾਚ ਚਾਹੀਦੀ ਹੈ, ਮਤਲਬ ਮੇਰੇ ਕੰਮ ਵੀ ਆ ਜਾਊਗੀ। ਤੇ ਜੇ ਮੈਂ ਕਹਾਂ ਮੈਨੂੰ ਵੀ ਲੈ ਕੇ ਦੋ ਨਾਲ? ਐਪਲ ਵਾਚ ਲਿਆਉਂਗਾ, ਦੇਖ ਇੰਨੀ ਮਹਿੰਗੀ ਹੈ, ਦੇਖ ਇੱਕ ਲੈ ਸਕਦੇ। ਤੁਸੀਂ ਮੈਨੂੰ ਐਪਲ ਵਾਚ ਰਹਿਣ ਦਿਓ, ਤੁਸੀਂ ਮੈਨੂੰ ਨਾਰਮਲ ਜਿਹੜੀ ਉਹ ਹੁੰਦੀ ਉਹ ਲਾ ਦਿਓ। ਮੈਂ ਇੱਕ ਅਫੋਰਡ ਕਰ ਸਕਦਾ ਫਿਲਹਾਲ, ਜਿਹੜੀ ਮੈਂ ਤੁਹਾਨੂੰ ਵੀਡੀਓ ਮੈਂ ਲਿਆਉਣਾ, ਉਹੀ ਤੂੰ ਬਲਗ ਰਹੀ ਹੋਈ, ਮੈਂ ਬਲਗ ਰਹਾ। ਕੋਈ ਨਹੀਂ, ਹਲੇ ਮੈਨੂੰ ਹਲੇ ਆਈ ਡੋਨਟ ਨੀਡ, ਬਿਕਾਜ਼ ਹਲੇ ਮੈਂ ਚੂੜਾ ਪਾਇਆ ਹੋਇਆ। ਹਾਂ, ਸੋ ਇਸ ਕਰਕੇ ਹਲੇ ਆਈ ਡੋਨਟ ਨੀਡ। ਤੇ ਆਪਾਂ ਕੱਲ ਜਾਣਾ ਲੁਧਿਆਣੇ, ਦੱਸਤਾ ਤੂੰ? ਦੱਸ ਚੁੱਕੀ ਆ ਸਾਰਾ ਕੁਝ, ਤੁਸੀਂ ਅੰਦਰ ਜਾ ਕੇ ਵਲੌਗ ਦੇਖ ਲਿਓ ਵੀ ਮੈਂ ਕੀ ਬਣਾਇਆ। ਠੀਕ ਆ ਜੀ, ਘਰੇ ਬਾਹਰ ਜਾਣਾ ਹੁੰਦਾ, ਮੈਂ ਜਾਣਾ ਪਹਿਲਾਂ, ਮੈਂ ਹੁਣ ਜਾਣ ਲੱਗਿਆ ਮਾਲ ਯਾਰ, ਮਾਲ ਅਨਕੰਫਰਟੇਬਲ ਲੱਗਣ ਲੱਗਾ। ਪ੍ਰੀਤ ਜੋਤ, ਸਿੱਧੇ ਹੋ ਕੇ ਲਾ ਲਓ। ਕਿੱਧਰ ਨੂੰ? ਮੈਂ ਨਹੀਂ ਆਣਾ ਵਿੱਚ, ਨਹੀਂ। ਚੱਲ ਫਿਰ ਮੈਂ ਚੱਲਿਆ, ਮੈਂ ਮੜਾ ਜਾ ਕੇ ਆਇਆ, ਐਪਲ ਵਾਚ ਲੈ ਕੇ ਆਣੀ ਹੈ, ਤੇ ਦੇਖਦੇ ਹਾਂ ਕਿੱਥੋਂ ਮਿਲਦੀ, ਪਹਿਲਾਂ ਦੀਪ ਨੂੰ ਚੱਕ ਲਿਆ ਘਰੋਂ, ਫਿਰ ਚੱਲ ਜਾਂਗੇ। ਐ ਪੈਸੇ ਲਾਣੇ ਜ਼ਰੂਰੀ ਸੀ ਵੀਰੇ? ਚਲੋ ਕੋਈ ਨਹੀਂ, ਜ਼ਰੂਰੀ ਸੀ ਕਹਿੰਦੇ ਇੱਕ। ਹਾਂ ਚਲੋ, ਘਰ ਜਾ ਕੇ ਦਿਖਾਉਂਦਾ ਬਾਕੀ ਤੁਹਾਨੂੰ। ਕਮੀ ਹੋ ਰਹੀ ਸੀ ਘੱਟ? ਹਾਂ, ਕਮੀ ਲੱਗ ਰਹੀ ਸੀਗੀ, ਵੀ ਲਾ ਦਈਏ। ਹਾਂ ਹਾਂ, ਲਾਤੇ ਪੈਸੇ ਕਿਉਂ? ਹੈਂ, ਹਟੇ ਨਹੀਂ ਮੈਂ ਕਿਹਾ, ਫਿਰ ਟਲੇ ਨਹੀਂ, ਜਮਾਂਗੇ। ਕਹਿੰਦੇ ਚਾਹੇ ਟਾਈਮ ਖਰਾਬ ਕਰਕੇ ਟਾਈਮ ਦੇਖਣਾ ਪਵੇ, ਪਰ ਦੇਖਣਾ ਐਪਲ ਵਾਚ 'ਚ।
जिथे लवानी जरूरी पई बैटरी ते बस आपां करे पहुंच चुके हैं। मैनू व्लॉग छे दी एंड करना पौगा क्यों क्योंकि लेट हो गए 4:30-5:30 का टाइम हो गया और व्लॉग एडिट करके अपलोड भी करना है 6 बजे अपलोड करना है अज ही करना है मतलब अद्धे घंटे घंटे बाद अपलोड करना है। तो मिलते हैं आपां कल व्लॉग च वॉच पूरी तरह नहीं दिखा सकिया मतलब थोड़ी काली है मैनू अंदर जाने एडिटिंग स्टार्ट बह जूंगा कंप्यूटर ते हुण नाल दे नाल चलो मिलते हैं आपां कल व्लॉग जे तुहानू वधिया लग्गिया तां लाइक कर दिओ कमेंट कर दिओ शेयर कर दिओ ते साडे चैनल सब्सक्राइब कर दो चलो मालिक नो करो मिलते हैं लव यू।